السلام علیکم بھائی جان. وعلیکم السلام بھائی جان. کیا نام ہے تھوڑا؟ زامن عباس. اچھا ایک سسٹم کرنے کو شروع کی تو ہے 4 سال ہو گئے. کیویں ویندا پیے؟ صحیح اللہ دا شکر ہے. صحیح ان تھنا پے جی. اچھا سب تو پہلے دسا دے سو لیمن بوتل بڑھ دی کی باقی دا بندہ فیکٹری بوتلاں دے دس پی گیندا ہے. یہ دسا دے سو لیمن بوتل کیویں بڑھ دی اتنی کیوں سستی ہے؟ سٹارٹ سب کو دسے سو سب تو پہلے کیا کام تھیندا ہے اس تو بعد کیویں؟ سب تو پہلے تا بوتل دھونی ہوندی ہے. کیویں دھوندے؟ برا کے. اچھا صاف وچ کیا کیا ہے؟ پانی وچ کوئی چیز مکس ہے یا جسٹ میں برش مار دیندے؟ بس صرف وغیرہ سٹ دینے ہیں تے سوڈا جی ہوندا بس سٹ کے صاف کر دینے. اچھا بوتل صاف تھی گئی اس تو بعد اگلا پروسیس کیویں ہوندا ہے؟ اس تو بعد یہ پیٹ پین انہاں دے وچ. ٹھیک ہے. یہ دیکھ لو انہاں دے وچ شربت اوتھے بنے ہوئے پین. ٹھیک. شربت دکھا رہے ہو؟ شربت کیویں بڑھدے ہیں؟ یہ دیکھ لو شربت دا ہوندا ہے. پہلے اساں میٹھا لے کے آنے ہیں او وچ حال کرنے ہیں ولی انہاں دے ایسنس ہوندے ہیں او ول وچ مکس کرنے ہیں الگ الگ کلر دے وچ. یہ پاؤڈر ہوندا جویں ہلدی وغیرہ اس طرح دے پاؤڈر ہوندا یا چاول؟ میٹھا پاؤڈر ہوندا. میٹھا پاؤڈر ہوندا ایدا ہوندا کلر پیلا کلر ملدا ہے. کلر میں پوچھنا چاہنا یہ کلر کیڑا کوئی ڈیفرنٹ ہوندا یا چاول ہے جڑا پیندا اوہ؟ چاول والا نہیں ہوندا، اے بھی کلر ہوندا. ٹھیک ہے. اے او اسپیشل دا کلر ملدا. اے کیڑا کلر ہے؟ اے سفید لیمن. ٹھیک ہے. اس دے وچ کوئی کلر ہی نہیں مکس ہوندا، اس وچ صرف جسٹ ایسنس ہوندے او استعمال کرنے ہیں. ٹھیک ہو گیا. اس تو بعد اے ہے کولا، ادھر وچ کالا کلر مکس کرنے لیکوڈ کلر اس تے ملدا او اس تے وچ استعمال کرنے ہیں. ٹھیک. یہ شربت بن گیا. اچھا کلر جڑے گھندے رجسٹر ہوندے نہیں یا کوئی بھی عام مضر اثرات؟ رجسٹرڈ ہوندے. ٹھیک ہو گیا. اس تو بعد کلر اے بڑھ گئے، بوتلاں صاف تھی گئیں، اگلا پروسیس کیڑا ہوندا؟ اگلا پروسیس اس تو بعد انہاں دے وچ شربت لاونا ہوندا ہے. او ہے اس میٹیریل اس تے. ٹھیک ہو گیا. اس بالٹی دے وچ اس شربت پینے ہیں ਇੱਥੇ ਰੱਖ ਕੇ ਇਹ ਇੱਕ ਪੱਲੀ ਹੁੰਦੀ ਹੈ। ਠੀਕ ਹੈ। ਇਹ ਲਾ ਦੇਣੇ ਆ ਬਸ। ਇਹ ਇੱਕ ਪੱਲੀ ਲਾਈ। ਨਾਜ਼ਰੀਨ ਨੂੰ ਸਭ ਦਿਖਾ ਦੱਸੋ ਕਿਵੇਂ ਇੱਕ ਬੋਤਲ ਤਿਆਰ ਥਿੰਦੀ ਹੈ। ਇਹ ਦੇਖੋ। ਠੀਕ ਹੈ। ਕਲਰ ਪਹਿਲੇ ਇਹਨੇ ਪਾ ਦੇ। ਕਲਰ ਇਹਦੇ ਵਿੱਚ ਪਾ ਦਿੱਤਾ। ਠੀਕ ਹੈ। ਇਸ ਤੋਂ ਬਾਅਦ ਹੁਣ ਇਹਦਾ ਬਰਾਈ ਦਾ ਕੰਮ ਹੁੰਦਾ। ਸਹੀ। ਇਹ ਭਰ ਕੇ ਇਸ ਤੋਂ ਬਾਅਦ ਹੁਣ ਭਰਨਾ ਹੈ ਓਪਰੇਟ। ਆਓ ਦਿਖਾਓ। ਇਹ ਆ ਰੈਡੀ ਨੇ ਕਲਰ ਪੈ ਪੈਨ। ਕਲਰ ਬਿਲਕੁਲ ਪੈਨ। ਇਸ ਇਹਨੂੰ ਕਲਰ ਕੀ ਆਦਨ? ਇਹ ਮਰਿੰਡਾ। ਠੀਕ ਹੋ ਗਿਆ। ਮਰਿੰਡਾ ਸਾਰਾ ਮਰਿੰਡਾ। ਕੋਕਾ ਕੋਲਾ ਇੱਕ ਵਾਈਟ ਹੈ ਤੇ ਮਰਿੰਡਾ ਸੀ ਮੇਰੇ। ਉਸ ਤੋਂ ਬਾਅਦ ਇਹ ਢੱਕਣ ਹੈ। ਇੱਥੇ ਢੱਕਣ ਲੈਣ। ਸਹੀ ਸਹੀ। ਇਹ ਢੱਕਣੀ ਢੱਕਣੀ ਕੰਪਨੀਆਂ ਕੋਲ ਗਿੰਦੇ ਵੇ। ਕੰਪਨੀਆਂ ਵਾਲਿਆਂ ਕੋਲ। ਠੀਕ ਹੋ ਗਿਆ। ਇਹ ਢੱਕਣ ਲਾ ਦਿੱਤੇ। ਉਸ ਤੋਂ ਬਾਅਦ ਅੱਛਾ ਇਹ ਕਿਹੜੀ ਚੀਜ਼ ਹੈ? ਇਹ ਆਨ ਤੁਸੀਂ ਦਾ ਬੋਤਲ ਪਾ ਦਿੱਤੀ। ਸਿਲੰਡਰ ਹੈ। ਇਸ ਵਿੱਚ ਗੈਸ ਆਉਂਦੀ ਪਈ ਹੈ। ਗੈਸ ਕਿਹੜੀ ਆਉਂਦੀ ਹੈ? ਇਹ ਗੈਸ ਹੁੰਦੀ ਹੈ, ਆਕਸੀਜਨ ਗੈਸ ਹੁੰਦੀ ਹੈ। ਠੀਕ ਹੈ। ਇਹ ਉਹ ਹਾਂਡੀ ਖੜੀ ਹੈ, ਉਸ ਦੇ ਵਿੱਚ ਜਿਵੇਂ ਗੋਲੀਆਂ ਜਿਹੀਆਂ ਹੁੰਦੀਆਂ, ਉਸ ਦੇ ਵਿੱਚ ਜਿਹੜੀ ਗੈਸ ਅਤੇ ਪਾਣੀ ਉੱਥੋਂ ਆਉਂਦਾ ਉਹ ਉੱਥੋਂ ਡਰਾਮੇ 'ਚੋਂ ਪਾਣੀ ਇਹਦੇ ਨਾਲ ਛਿਕੇਂਦੇ ਨੂੰ ਉੱਤੇ ਪਾਣੀ ਇਹਦੇ ਵਿੱਚ ਹੁੰਦਾ ਪੱਕਦਾ। ਸਹੀ ਸਹੀ। ਉਹ ਪੱਕ ਕੇ ਗੈਸ ਅਤੇ ਪਾਣੀ ਮਿਕਸ ਹੋ ਜਾਂਦਾ। ਸਹੀ ਸਹੀ। ਗੈਸ ਅਤੇ ਪਾਣੀ ਮਿਕਸ ਹੋ ਕੇ ਇਸ ਪੈਂਪ ਨਾਲ ਇਹਦੇ ਵਿੱਚ ਆਉਂਦਾ। ਪਾਣੀ ਕਿਵੇਂ ਪੱਕਦਾ ਹੈ? ਇੱਕ ਤਾਂ ਚਲੋ ਗੈਸ ਇੱਥੋਂ ਆਉਂਦਾ ਪੀਏ ਵੀ ਆਪਾਂ ਵਿੱਚ ਦੀਆਂ ਗੋਲੀਆਂ ਨਾ, ਉਹ ਗੋਲੀਆਂ ਜਿਸ ਟਾਈਮ ਹਲਦੀਆਂ ਨਾ, ਉਹ ਗੋਲੀਆਂ ਦੀ ਵਜ੍ਹਾ ਨਾਲ ਪੱਕਦਾ ਪਾਣੀ। ਉਸ ਤੋਂ ਇਲਾਵਾ ਇਹ ਕਿਹੜੀ ਮਸ਼ੀਨ ਹੈ? ਇਸ ਦੇ ਨਾਲ ਬੋਤਲਾਂ ਭਰੀਆਂ, ਇਸ ਨੂੰ ਚਾਂਪਾ ਵੈਸੇ ਸਿਰ ਜਾਂਦੇ ਨੇ। ਢੱਕਣ ਕਿਵੇਂ ਲੱਗਦਾ ਹੈ? ਢੱਕਣ ਇੱਥੋਂ ਇਹ ਦੇਖੋ, ਇਹ ਇਵੇਂ ਕਰਕੇ ਲੱਗ ਜਾਂਦਾ। ਢੱਕਣ ਚਾ ਕੇ ਨਾ ਇਵੇਂ ਸਹੀ ਸਹੀ ਇਵੇਂ ਬਿਲਕੁਲ ਰੱਖੇ ਨੇ, ਇੱਥੇ ਇਵੇਂ ਚੰਬਾ ਜਿਹਾ ਬਣਿਆ ਹੁੰਦਾ। ਉਸ ਤੋਂ ਬਾਅਦ ਵੀ ਇੱਕ ਬੋਤਲ ਭਰ ਕੇ ਸਭ ਦਿਖਾਵਾਂ। ਢੱਕਣ ਪਹਿਲੇ ਅਸਲ ਆ ਚੁੱਕੇ ਹਾਂ ਮੇਰੇ ਕਿਨੋ। ਇਹ ਕੀ ਚੀਜ਼ ਭਈ? ਇਹ ਵੈਸੇ ਡਰਮ ਦੇ ਵਿੱਚ ਪਾਣੀ ਪਾਣੀ ਜਿਹੜਾ ਇੱਥੇ ਅੱਗੇ ਚਾਹੁੰਦਾ। ਠੀਕ ਠੀਕ। ਅੱਛਾ ਭਾਈ ਜਾਨ ਤੁਸੀਂ ਦੱਸਾ ਦਿੱਤਾ ਬੋਤਲ ਲੈਮਨ ਬੜਦੀ ਕਿਵੇਂ, ਉਸ ਤੋਂ ਬਾਅਦ ਅਗਰ ਕੋਈ ਭਾਈ ਸਟਾਰਟ ਕਰਨਾ ਚਾਹੁੰਦਾ ਉਹ ਕਿਵੇਂ ਇੱਕ ਸਟਾਰਟ ਲੈ ਸਕਦਾ? ਤੁਸੀਂ ਆਪਣਾ ਸਟਾਰਟ ਕਿਵੇਂ ਦੱਸਾ ਕੀਤਾ? ਸਭ ਤੋਂ ਪਹਿਲੇ ਤਾਂ ਮਸ਼ੀਨ ਹੀ ਲਾਉਣੀ ਪਊਸੀ। ਠੀਕ ਹੈ। 70-80 ਹਜ਼ਾਰ ਰੁਪਏ ਦੀ, 90 ਹਜ਼ਾਰ ਰੁਪਏ ਦੀ ਮਸ਼ੀਨ ਮਿਲ ਜਾਂਦੀ ਹੈ। ਉਸ ਤੋਂ ਬਾਅਦ ਇਹ ਖਾਲੀ ਬੋਤਲਾਂ ਆਉਣ ਪਈਆਂ, ਇਹ ਲਾਉਣੀਆਂ ਪਾਉਂਦੀਆਂ ਨੇ। 300 ਰੁਪਏ ਦਾ ਕਰੇਟ ਮਿਲਦਾ ਖਾਲੀ, ਇਹ ਸ਼ੈਲ ਸਮੈਥ। ਠੀਕ ਹੋ ਗਿਆ। ਇਹ ਕਰੇਟ ਲੈ ਸਨ ਉਸ ਤੋਂ ਬਾਅਦ। ਉਸ ਤੋਂ ਬਾਅਦ ਜਿਹੜਾ ਸਾਰਾ ਦਵਾਈ ਵਾਲਾ ਸਿਸਟਮ ਹੁੰਦਾ ਹੈ, ਇਸ ਦਾ ਡਰਮੀਆਂ ਵਗੈਰਾ ਲਾਉਣੀਆਂ ਪਾਉਂਦੀਆਂ ਨੇ, ਇਹ ਟਾਪੇ ਵਗੈਰਾ, ਇਹ ਸਾਰੇ ਲਾਈਸੈਂਸ ਸਾਰਾ ਪਹਿਲਾਂ ਮਾਹੌਲ ਸੈੱਟ ਕਰੇ ਸਨ। ਉਸ ਤੋਂ ਬਾਅਦ ਪਾਊਡਰ ਮਿਲਦੇ ਨੇ ਮਿੱਠੇ, 1000 ਰੁਪਏ ਦਾ ਪੈਕਟ ਮਿਲਦਾ। ਠੀਕ ਹੋ ਗਿਆ। ਬਾਕੀ ਉਹ ਸਾਰਾ ਜਿਹੜਾ ਪਾਊਡਰ ਵਗੈਰਾ ਗਿੰਦਣ ਵਾਲਾ ਅਸੈਂਸ ਮਿਲਦੇ ਨੇ, ਜ਼ਿਆਦਾ ਮਹਿੰਗੇ ਉਹ ਆਉਂਦੇ ਨੇ, ਉਹ 5-6 ਹਜ਼ਾਰ ਦੇ ਮਿਲ ਜਾਂਦੇ ਨੇ, ਉਹ ਅਸੈਂਸ ਗਿਨਸੇ ਨੇ। ਉਸ ਤੋਂ ਬਾਅਦ ਜਿਹੜਾ ਨਾ ਵੱਲ ਇਹਨਾਂ ਦਾ ਸ਼ਰਬਤ ਤਿਆਰ ਕਰੀਏ, ਸ਼ਰਬਤ ਤਿਆਰ ਕਰਕੇ ਉਸ ਤੋਂ ਬਾਅਦ ਦਵਾਈ ਸ਼ਵਾਈ ਕਰਕੇ ਵੱਲ ਸ਼ਰਬਤ ਉਹਨਾਂ ਨੂੰ। ਅੱਛਾ ਤੁਸੀਂ ਸਾਰੇ ਦੇ ਸਭ ਤੋਂ ਪਹਿਲੇ ਖਾਲੀ ਬੋਤਲਾਂ ਕਿਸੇ 300 ਰੁਪਏ ਦਾ ਕਰੇਟ ਹੈ। ਠੀਕ ਹੈ। ਉਸ ਤੋਂ ਬਾਅਦ ਕਲਰ ਹੈ, ਤੁਸੀਂ ਧੋਂਦੇ ਵੀ ਉਹਦਾ ਨਾਰਮਲ ਇੱਕ ਮੋਟਰ ਦਾ ਜਿਹੜਾ ਬਿਜਲੀ ਦਾ ਬਿੱਲ ਆਉਂਦਾ। ਉਸ ਤੋਂ ਬਾਅਦ ਕਲਰ ਕਿਤਨੇ ਦੇ ਪਾਉਂਦੇ ਨੇ? ਸੈਂਸ ਜਿਹੜਾ ਦੱਸਿਆ ਪਿਆ ਉਹ ਕਲਰ ਅਸੈਂਸ ਕਿਤਨੇ ਦਾ ਆਵੇਂਦੇ? 1000 ਦਾ ਪੈਕਟ ਹੈ, ਕਿਤਨੇ ਦਾ ਪੈਕਟ ਹੈ? ਅਸੈਂਸ ਜਿਹੜਾ ਤੁਹਾਨੂੰ ਦੱਸ ਦਿੱਤੇ 5-1 ਹਜ਼ਾਰ ਦਾ ਮਿਲ ਜਾਂਦੇ, ਕਲਰ ਜਿਹੜੇ ਨੇ ਉਹ 400-500 ਰੁਪਏ ਦਾ ਮਿਲ ਜਾਂਦੇ ਕਲਰ। ਉਹਨਾਂ ਨਾਲ ਇੱਕ ਪੈਕਟ ਕਿਤਨੇ ਕਰੇਟ ਬਣ ਜਾਂਦੇ? ਇੱਕ ਪੈਕਟ 20-25 ਕਰੇਟ ਬਣ ਜਾਂਦੇ। ਠੀਕ ਹੋ ਗਿਆ। ਅਸੈਂਸ ਨਾਲ ਵੀ 5000 ਨਾਲ? ਅਸੈਂਸ ਜਿਹੜਾ ਹੈ ਉਹ ਉਹਦੇ ਨਾਲ ਜ਼ਿਆਦਾ ਬਣ ਜਾਂਦੇ ਨੇ ਕਰੇਟ, ਯਾਨੀ ਕਿ 50-60 ਕਰੇਟ ਬਣ ਜਾਂਦੇ ਅਸੈਂਸ ਦਾ ਜਿਹੜਾ ਹੁੰਦਾ। ਠੀਕ। ਉਸ ਟਾਈਮ ਇੱਥੇ ਆ ਗਈ ਮਸ਼ੀਨ ਦਾ ਕੀ ਕੀ ਖਰਚਾ ਬਿਜਲੀ ਤੋਂ ਇਲਾਵਾ? ਬਿਜਲੀ ਤੋਂ ਇਲਾਵਾ
ਮਸ਼ੀਨ ਦਾ ਤਾਂ ਕੋਈ ਖਰਚਾ ਕਿਆ ਨਹੀਂ, ਬਿਜਲੀ ਦਾ ਸਿਰਫ ਖਰਚਾ ਹੈ। ਇਹਦੇ ਖਰਾਬ ਥੀਵਣ ਦੇ ਕਿਆ ਕਿਆ ਇਮਕਾਨ ਨਾਲ ਤੱਕ ਤਰ ਖਰਾਬ 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 ਥੀਂਦੀ ਹੈ। ਇਹ ਜਿਹੜਾ ਇਹ ਹੈਡ ਇਹ ਖਰਾਬ ਥੀਵੇਂ ਦੇ ਅਸਾਂ ਹੁਣ ਥੋੜ੍ਹਾ ਦੇਰ ਡੀ ਪਹਿਲੇ ਜਿਹੜਾ ਨਾ ਇਹਦੇ ਉੱਤੇ 10,000 ਰੁਪਇਆ ਲਾਏ। ਇਹ ਹੈਡ ਦਾ ਖਰਾਬ ਥੀਵੇਂ ਦੇ ਇਹ ਚੁਸਕੀ ਇਹ ਲੀਕ ਥੀਵੇਂ ਦੀ ਹੈ, ਪੈਪ ਵਗੈਰਾ ਕੋਈ ਲੀਕ ਹੋਵੇਂ ਦਾ ਠੀਕ ਹੋ ਗਿਆ। ਇਹਨਾਂ ਦੇ ਵਿੱਚ ਬਾਰਿਸ਼ ਲਾਉਂਦੀਆਂ ਉਹ ਵੀ ਕਾਫੀ ਮਹਿੰਗੀ ਪੈਂਦੀਆਂ ਨੇ। ਇਹਦੇ ਵਿੱਚ ਚਾਕੀ ਇੱਕ ਆਉਂਦੀ ਹੈ ਉਹ ਪਾਉਂਦੀ ਹੈ। ਇੱਕ ਗੈਸ ਕਿਤਨਾ ਇੱਕ ਪੈਂਦਾ ਵੈਸੇ, ਸਿਲੰਡਰ ਕਿਤਨੇ ਕਿਲੋ ਦਾ? ਸਿਲੰਡਰ ਇਹ 20 ਕਿਲੋ ਦਾ ਹੈ। ਗੈਸ ਹੁੰਦੀ ਕਿਹੜੀ ਹੈ? ਸਿਲੰਡਰ ਵਾਲੀ ਹੁੰਦੀ ਹੈ, ਆਕਸੀਜਨ ਜਿਹੜੀ ਆਕਸੀਜਨ ਗੈਸ ਹੁੰਦੀ ਹੈ। ਇਹ ਕਿਤਨੀਆਂ ਬੋਤਲਾਂ ਬਣਵੇਂ ਦੀਆਂ? ਇਹ ਹੁੰਦਾ 20 ਕਿਲੋ ਨਾਲ 200 ਕ੍ਰੇਟ ਬਣਵੇਂ ਦੇ। ਠੀਕ ਹੋ ਗਿਆ। 100 ਰੁਪਏ ਕਿਲੋ ਮਿਲਦੀ ਪਈ ਹੈ। ਤੁਹਾਡੇ ਕਿਤਨਾ ਇੱਕ ਮਾਰਜਨ ਬਣਵੇਂ ਦਾ? ਤੁਹਾਡਾ ਖਰਚਾ ਸਟਾਰਟ ਕਿਤਨਾ ਸੀ? ਆਈ ਸਟਾਰਟ ਖਰਚਾ 1.5-1 ਲੱਖ ਥੀ ਵੇਂਦੇ। ਹੁਣ ਮੰਥਲੀ ਕਿਤਨਾ ਖਰਚਾ ਥੀਂਦਾ? ਮੰਥਲੀ 35-40 ਯੋ ਥੀ ਵੇਂਦੇ। ਤੇ ਕਮਾਉਂਦੇ ਕਿਤਨਾ? ਸੱਚੀ ਸੱਚੀ ਦੱਸਿਆ ਟੈਕਸ ਲੈ ਕੋ ਨਹੀਂ ਸੇ ਦੱਸਿੰਦੇ? 50-60,000 ਕਮਾ ਕਿੰਦੇ ਸੇ। ਸਹੀ ਸਹੀ ਮੁਨਾਫਾ ਜਾਂ ਖਰਚਾ ਕੱਢ ਕੇ? 50-60,000 ਸੇਲ ਥੀ ਵੇਂਦੇ, ਖਰਚਾ ਤੁਹਾਕੋ ਦੱਸੇ 30-40,000 ਜਿਹੜਾ ਥੀਂਦੇ ਉਹ ਕੱਢ ਕੇ ਬਾਕੀ ਜਿਹੜਾ। ਕਿਤਨੇ ਬੰਦੇ ਖੜਾ ਹੋਏ ਨੇ ਤਾਂ? ਬਸ 2 ਬੰਦੇ ਨੇ। ਠੀਕ ਹੋ ਗਿਆ। ਅੱਛਾ ਲਾਸਟ ਦਫਾ ਅਸੀਂ ਕਾਰਖਾਨੇ ਦੇ ਬੜਾਈ ਉਸੇ ਹਿਸਾਬ ਕੁਝ ਕਰੈਕਟ ਵੈਲਿਊ ਕਹਿ ਦਿੰਦੇ ਸੀ ਅਸੀਂ ਕਿੰਨਾ ਮੁਨਾਫਾ ਕਰਦੇ। ਮੈਂ 2 ਬੰਦੇ ਖੜੇ ਹੋਏ ਅਤੇ 20,000 ਦਾ ਬਿਲਕੁਲ ਮੁਨਾਫਾ ਹੁੰਦਾ ਕਹਿ ਨਹੀਂ, ਇਹ ਜਸਟ ਭਾਈ ਦਸਾ ਦਿੰਦੇ ਨੇ। ਕੋਈ ਵੀ ਕਾਰੋਬਾਰੀ ਬੰਦਾ ਆਪਣਾ ਖਰਚਾ ਵਗੈਰਾ ਕਹਿ ਦਿੰਦੇ ਸੀ, ਬਹਰਹਾਲ ਇਹ ਭਾਈ ਦਸਾ ਦਿੱਤਾ ਹੈ ਕਿ ਫਸਟ ਬੋਤਲਾਂ ਗਿੰਦੇ ਨੇ ਖਾਲੀ ਜਿਹੜੀਆਂ ਪਈਆਂ ਰਹਿੰਦੀਆਂ ਹਰ ਮੁਖਤਲਿਫ ਦੁਕਾਨਾਂ 'ਤੇ ਲੈਂਦੇ ਨੇ, ਬਾਅਦ ਚਾਹ ਗਿੰਦੇ। ਬਾਕੀ ਕਲਰ ਵਗੈਰਾ ਦੇ 5,000 ਦਾ ਇੱਕ ਪੈਕਟ ਮਿਲਦਾ ਹੈ ਔਰ 1,000 ਰੁਪਏ ਦਾ ਵੀ ਇੱਕ ਕਲਰ ਹੁੰਦਾ, 6,000 ਨਾਲ 20-22 ਕ੍ਰੇਟ ਬਣ ਵੇਂਦੇ ਹਨ। ਔਰ 20 ਕਿਲੋ ਦੇ ਸਿਲੰਡਰ ਨਾਲ ਕਿਤਨੇ ਦੱਸਿਆ ਹੈ? 200 ਕ੍ਰੇਟ। ਇਹ ਕਿਤਨੇ ਕਿਲੋ, ਕਿਆ ਹਿਸਾਬ ਕਿਤਾਬ? 100 ਰੁਪਏ ਕਿਲੋ ਮਿਲਦੀ ਹੈ। ਠੀਕ ਹੋ ਗਿਆ ਜੀ। ਠੀਕ ਹੈ ਬਾਈ ਜਾਨ, ਬਾਕੀ ਅੰਦਾਜ਼ਾ ਤੁਸੀਂ ਆਪ ਲਾ ਕੇ, ਸੋ 4 ਸਾਲ ਪਹਿਲੇ ਕੀਤੀਆਂ ਨੇ 80,000 ਦੀ ਮਸ਼ੀਨ, ਅਤੇ ਅੱਜ ਕੱਲ੍ਹ ਨਵਾਂ ਪਾਕਿਸਤਾਨ ਹੈ, ਕਿਤਨਾ ਖਰਚਾ ਥੀ ਵੇਂਦਾ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ। ਤੁਸੀਂ ਮੁਲਤਾਨ ਵਿੱਚ ਕੀਤੀ ਹੈ? ਜੈ ਮੁਲਤਾਨ ਵਿੱਚ ਕੀਤੀ ਹੈ। ਕਿਹੜੀ ਜਗ੍ਹਾ ਤੋਂ? ਚੌਕ ਸ਼ਹੀਦ। ਠੀਕ ਹੈ, ਤੁਸੀਂ ਬਾਕੀ ਮੁਲਤਾਨ ਚੌਕ ਸ਼ਹੀਦਾਂ ਕੋਲ ਪਤਾ ਕਰਕੇ। ਸੋ ਸਾਰੇ ਨਾਜ਼ਰੀਨ ਦਾ ਇਹੋ ਮਕਸਦ ਹੈ ਕਿ ਅਗਰ ਕੋਈ ਭਾਈ ਜਾਨ ਸਟਾਰਟ ਕਰਨਾ ਚਾਹੁੰਦਾ ਬਿਜ਼ਨਸ ਔਰ ਇਹਦਾ ਕਿਵੇਂ ਬਿਜ਼ਨਸ ਹੈ ਉਮੀਦ ਕਰੇ ਨਾ, ਤੁਹਾਨੂੰ ਸਾਰੀ ਚੀਜ਼ਾਂ ਦਾ ਮਾਲੂਮਾਤ ਮਿਲ ਗਈ ਸੀ, ਵੱਧ ਵੀ ਤਾਂ ਕੋਈ ਡਾਊਟ ਰਹਿ ਗਿਆ ਤਾਂ ਸਾਨੂੰ ਕਮੈਂਟਸ ਕਰੇ। ਸੋ ਫਿਲਹਾਲ ਵਾਸਤੇ ਚੱਲਦੇ ਹਾਂ, ਅੱਲਾ ਨੇ ਕਿਹਾ।